ਕਿ ਤੁਹਾਡੇ ਜ਼ਿਲ੍ਹੇ ਦੇ ਵਿੱਚ ਜਿਹੜਾ ਹੈਗਾ ਇੱਕ ਸਟਾਰ ਪ੍ਰਚਾਰਕ ਕਾਂਗਰਸ ਦਾ ਖੜਾ ਨਹੀਂ ਲੋਕਾਂ ਨੂੰ ਕੰਮ ਚਾਹੀਦਾ ਸਟਾਰ ਪ੍ਰਚਾਰਕ ਚਾਹੀਦਾ ਸਟਾਰ ਪ੍ਰਚਾਰਕ ਦਾ ਕੰਮ ਹੁੰਦਾ ਮਨੋਰੰਜਨ ਕਰਨਾ ਉਹ ਕਰੀ ਜਾਂਦਾ ਉਹ ਤੇ ਮੇਰੇ ਹਲਕੇ ਦੇ ਵਿੱਚ ਵੀ ਸਾਹ ਨਾਲ ਲਗਵਾ ਹਲਕਾ ਸੀ ਮਾਨਸਾ ਦੇ ਸਟਾਰ ਪ੍ਰਚਾਰਕ ਸੀਗਾ ਉਹੀ ਉਹਨਾਂ ਨੇ ਆਪਦੀ ਜਿਹੜੀ ਇਮੇਜ ਸੀ ਉਹਦਾ ਉਹ ਖਰਾਬ ਕਰ ਲਈ ਹੈ ਤੋ ਅੱਜ ਉਹਨਾਂ ਨੇ ਵੋਟਾਂ ਮੁੱਲ ਲਈਆਂ ਨੇ ਸ਼ਰਾਬ ਪੀਈ ਹੈ ਇੱਕ ਵਾਰੀ ਅਸੀਂ ਲੋਕਾਂ ਜਿਹਨਾਂ ਨੇ ਕਿਤੇ ਕੋਈ ਸ਼ਰਾਬ ਨਹੀਂ ਪੀਈ ਆਮ ਆਦਮੀ ਪਾਰਟੀ ਨੇ 92 ਸੀਟਾਂ ਤੇ ਜਿਹੜੀ ਹੈ ਪੰਜਾਬ ਦੇ ਵਿੱਚ ਜਿੱਤ ਹਾਸਲ ਕੀਤੀ ਹੈ ਤਾਂ ਬਲਾਡਾ ਤੋਂ ਸਾਡੇ ਨਾਲ ਐਮਐਲਏ ਬੁੱਧਰਾਮ ਜੀ ਮੌਜੂਦ ਨੇ ਸਭ ਤੋਂ ਪਹਿਲਾਂ ਤਾਂ ਮੁਬਾਰਕਬਾਦ ਬਹੁਤ ਧੰਨਵਾਦ ਜੀ ਸਾਡੇ ਮੁਬਾਰਕਬਾਦ ਤੁਹਾਨੂੰ ਵੀ ਕਿਵੇਂ ਦੇਖਦੇ ਹੋ ਬਲਾਡੇ ਤੋਂ ਜਿੱਤ ਹਾਸਲ ਕੀਤੀ ਹੈ ਹਾਲਾਂਕਿ ਤੁਹਾਡੇ ਜ਼ਿਲ੍ਹੇ ਦੇ ਵਿੱਚ ਜਿਹੜਾ ਹੈਗਾ ਇੱਕ ਸਟਾਰ ਪ੍ਰਚਾਰਕ ਕਾਂਗਰਸ ਦਾ ਖੜਾ ਸੀ ਨਹੀਂ ਲੋਕਾਂ ਨੂੰ ਕੰਮ ਚਾਹੀਦਾ ਸਟਾਰ ਪ੍ਰਚਾਰਕ ਚਾਹੀਦਾ ਸਟਾਰ ਪ੍ਰਚਾਰਕ ਦਾ ਕੰਮ ਹੁੰਦਾ ਮਨੋਰੰਜਨ ਕਰਨਾ ਉਹ ਕਰੀ ਜਾਂਦਾ ਉਹ ਪਰੰਤੂ ਜਿਹੜੀ ਗੁੱਡ ਗਵਰਨੈਂਸ ਹੈ ਇੱਕ ਸਰਕਾਰ ਚਲਾਉਣੀ ਹੈ ਲੋਕਾਂ ਦੇ ਵਿੱਚ ਇੰਨੀਆਂ ਜ਼ਿਆਦੇ ਹਰੇਕ ਪਾਸੇ ਬਦਬੂ ਫੈਲੀ ਪਈ ਸੀ ਉਹ ਕੁਛ ਨਹੀਂ ਕਰ ਸਕਦੀ ਸੀ ਕਰ ਵਾਸਤੇ ਕਿਉਂਕਿ ਜਿਹੜੀ ਪਾਰਟੀ ਨਾਲ ਹੈਗੇ ਸੀ ਉਸ ਪਾਰਟੀ ਨੂੰ ਲੋਕਾਂ ਨੇ ਵੇਖ ਲਿਆ ਸੀ ਅਤੇ ਮੇਰੇ ਹਲਕੇ ਦੇ ਵਿੱਚ ਵੀ ਸਾ ਨਾਲ ਲਗਵਾ ਹਲਕਾ ਸੀ ਮਾਨਸਾ ਦੇ ਸਟਾਰ ਪ੍ਰਚਾਰਕ ਸੀਗਾ ਕੋਈ ਉਹਨਾਂ ਨੇ ਆਪਦੀ ਜਿਹੜੀ ਇਮੇਜ ਸੀ ਸਮਕਾਂ ਉਹ ਖਰਾਬ ਕਰ ਲਈ ਹੈ ਤੋ ਅੱਜ ਉਹਨਾਂ ਨੇ ਵੋਟਾਂ ਮੁੱਲ ਲਈਆਂ ਨੇ ਸ਼ਰਾਬ ਪੀਈ ਹੈ ਇੱਕ ਵਾਰੀ ਅਸੀਂ ਲੋਕਾਂ ਜਿਹਨਾਂ ਨੇ ਕਿਤੇ ਵੀ ਸ਼ਰਾਬ ਨਹੀਂ ਪੀ ਕੀ ਨਾ ਗੱਲਾਂ ਦਾ ਕੋਈ ਪ੍ਰੂਫ ਹੈ ਆਪਣੇ ਕੋਲ ਕਿ ਜਿਹੜਾ ਜਿਹੜੇ ਇਲਜ਼ਾਮ ਆ ਪਤਾ ਵਾਧੂ ਕੇ ਲੋਕ ਦੱਸੀ ਜਾਂਦੇ ਨੇ ਉਹ ਆਪ ਹੀ ਕਹਿੰਦੇ ਨੇ ਉਹਨਾਂ ਦੇ ਬੰਦੇ ਆਪ ਹੀ ਵਰਕਰ ਕਹੀ ਜਾਂਦੇ ਨੇ ਚਲੋ ਅੱਡ ਗੱਲ ਹੈ ਉਹ ਕੁਛ ਮਰਜ਼ੀ ਦਾ ਸਾਡਾ ਕੋਈ ਸੰਬੰਧ ਨਹੀਂ ਹੈ ਸਾਡਾ ਸੰਬੰਧ ਇਹ ਹੈ ਵੀ ਲੋਕਾਂ ਨੂੰ ਇੱਕ ਇਮਾਨਦਾਰ ਸਰਕਾਰ ਚਾਹੀਦੀ ਸੀ ਇਹ ਲੋਕਾਂ ਦੇ ਪੈਸੇ ਲੋਕਾਂ ਦੇ ਹਿੱਤਾਂ ਵਾਸਤੇ ਖਰਚੇ ਇਹਨਾਂ ਨੇ ਪੰਜਾਬ ਦਾ ਖਜ਼ਾਨਾ ਲੁੱਟਿਆ ਆਪਦੇ ਢਿੱਡ ਵਾਸਤੇ ਬਸ ਫਰਕ ਨਹੀਂ ਹੈ ਜੀ ਤੁਸੀਂ ਪਹਿਲਾਂ ਵੀ ਐਮਐਲਏ ਰਹੇ ਹੋ ਪਹਿਲਾਂ ਆਪੋਜੀਸ਼ਨ 'ਚ ਸੀਗੇ ਬੜੇ ਮੁੱਦੇ ਸੀਗੇ ਲੱਗਦਾ ਕਿ ਹੁਣ ਸੱਤਾ ਦੇ ਵਿੱਚ ਆਏ ਹੋ ਹੁਣ ਵੀ ਉਹੀ ਮੁੱਦੇ ਕਾਇਮ ਰਹਿਣਗੇ ਸਾਡਾ ਜੋ ਆਪੋਜੀਸ਼ਨ ਸਾਡਾ ਆਪੋਜੀਸ਼ਨ ਦਾ ਰੋਲ ਸੀਗਾ ਅਸੀਂ ਨਿਭਾਇਆ ਅਸੀਂ ਲੋਕਾਂ ਦੇ ਮੁੱਦੇ ਵਿਧਾਨ ਸਭਾ 'ਚ ਲਾਏ ਮੈਂ ਪੰਜਾਬ ਸਰਕਾਰ ਨੂੰ ਵੱਧ 147 ਮੁੱਦੇ ਪੰਜਾਬ 'ਚ ਲਾਏ ਔਰ ਲੋਕਾਂ ਨੂੰ ਵੰਡੇ ਬਕਾਇਦਾ ਵੀ ਆਹ ਚੱਕੋ ਜੀ ਮੈਂ ਆਹ ਬੋਲਿਆ ਆਹ ਮੁੱਦੇ ਚੱਕੇ ਮੈਂ ਹੁਣ ਸਾਡੀ ਰੋਲ ਸਾਡੀ ਸਰਕਾਰ ਬਣੀ ਹੈ ਹੁਣ ਸਾਡੀ ਸਰਕਾਰ ਬਣਨ ਦੇ ਵਿੱਚ ਅਸੀਂ ਬਹੁਤ ਲੋਕਾਂ 'ਚ ਉਮੀਦਾਂ ਸਾਡਾ ਮੈਂਡੇਟ ਹਾਈ ਦਿੱਤਾ ਉਹਨਾਂ ਨੇ ਉਹਦੇ ਮੁਤਾਬਕ ਕੰਮ ਕਰਾਂਗੇ ਕਹਿੰਦੀ ਕੁਛ ਨਹੀਂ ਬੁਧਰਾਮ ਜੀ ਮੇਰਾ ਸਵਾਲ ਇਹ ਹੈ ਕਿ ਜਿਹੜੇ 148 ਮੁੱਦੇ ਤੁਸੀਂ ਕਹਿ ਰਹੇ ਹੋ ਬਤੌਰ ਆਪੋਜੀਸ਼ਨ 'ਚ ਰਹਿ ਕੇ ਤੁਸੀਂ ਵਿਧਾਨ ਸਭਾ ਲੈ ਕੇ ਗਏ ਹੋ ਲੱਗਦਾ ਹੁਣ ਸੱਤਾ ਦੇ ਵਿੱਚ ਆ ਕੇ ਉਹ ਮੁੱਦਿਆਂ ਤੇ ਕੰਮ ਕਰੋਗੇ ਬਿਲਕੁਲ ਜੀ ਉਸ ਤੋਂ ਵੱਧ ਉਸ ਤੋਂ ਵੱਧ ਉਦੋਂ ਤਾਂ ਅਸੀਂ ਸਿਰਫ ਉਹਨਾਂ ਤੋਂ ਮੰਗਦੇ ਸੀ ਤੇ ਹੁਣ ਸਾਡੇ ਅਸੀਂ ਜਿਹੜੇ ਪੋਲਿਸੀਆਂ ਸੀ ਆਪ ਬਣਾਉਣੀਆਂ ਨੇ ਅਸੀਂ ਉਦੋਂ ਬਿਹਤਰ ਬਣਾਵਾਂਗੇ ਸੀ ਬਲਵੰਤ ਮਾਨ ਹੋਰਾਂ ਦੀ ਕੈਬਨਿਟ ਦੇ ਵਿੱਚ ਬੁਧਰਾਮ ਹੋਰਾਂ ਨੂੰ ਥਾਂ ਮਿਲਣੀ ਚਾਹੀਦੀ ਹੈ ਕਿਉਂਕਿ ਬਤੌਰ ਤੁਸੀਂ ਪਹਿਲਾਂ ਵੀ ਐਮਐਲਏ ਰਹੇ ਹੋ ਜਦੋਂ ਪਾਰਟੀ ਦੀ ਜਿਹੜੀ ਹੈ ਸਰਕਾਰ ਨਹੀਂ ਸੀ ਦੇਖੋ ਇਹ ਭਗਵੰਤ ਮਾਨ ਤੇ ਡਿਪੈਂਡ ਕਰਦਾ ਇਹ ਕੇਜਰੀਵਾਲ ਸਾਹਿਬ ਆਸਤਾ ਰੱਖਦੇ ਹੋਣਗੇ ਨਾ ਇੱਕ ਆਸ ਤਾਂ ਹੁੰਦੀ ਹੈ ਬੰਦੇ ਨੂੰ ਵੀ ਮੈਂ ਪਹਿਲਾਂ ਵੀ ਐਮਐਲਏ ਰਿਹਾ ਸੀ ਅੱਗੇ ਵਧਣ ਦੀ ਹਰੇਕ ਨੂੰ ਆਸ ਹੁੰਦੀ ਹੈ ਪਰੰਤੂ ਜੋ ਭਗਵੰਤ ਮਾਨ ਜੀ ਕਰਨਗੇ ਅਸੀਂ ਨਾਲ ਆ ਕਿਹੜੇ ਮਹਿਕਮੇ ਲਈ ਕੰਫਰਟੇਬਲ ਇੱਕ ਹੁੰਦਾ ਨਾ ਕਿ ਮੈਨੂੰ ਆਹ ਡਿਪਾਰਟਮੈਂਟ ਸੂਟੇਬਲ ਹੈ ਇੱਕ ਚਾਹਤ ਹੁੰਦੀ ਹੈ ਕਿ ਇਸ 'ਚ ਮੈਂ ਜ਼ਿਆਦਾ ਪਰਫਾਰਮ ਕਰ ਸਕਾਂ ਇਹ ਵੀ ਪਹਿਲਾਂ ਤਾਂ ਅਸੀਂ ਉਸ ਦੇ ਵਿੱਚ ਆਈਏ ਲਾਈਨ ਦੇ ਵਿੱਚ ਜੇ ਆਪਾਂ ਮੰਨ ਲੈਂਦੇ ਹਾਂ ਪ੍ਰੈਡਿਕਟ ਕਰਦੇ ਹਾਂ ਤਾਂ ਕਿਹੜਾ ਡਿਪਾਰਟਮੈਂਟ ਅਜਿਹਾ ਹੈਗਾ ਜਿਹਦੇ 'ਚ ਤੁਸੀਂ ਕੰਫਰਟ ਇਸ ਗੱਲ ਦੇ ਕਾਬਲ ਆ ਵੀ ਜਿਹੜਾ ਮਰਜ਼ੀ ਡਿਪਾਰਟਮੈਂਟ ਮਿਲ ਜਾਏ ਚਲਾ ਕੇ ਦਿਖਾ ਦਾਂਗੇ ਯਾਰ ਉਹ ਮਤਲਬ ਨੇਰੀਆ ਠਾਲ ਦੋ ਬਿਲਕੁਲ ਤਾਂ ਤੁਸੀਂ ਸੁਣਿਆ ਸਨ ਸਾਡੇ ਨਾਲ ਬਲਾਡਾ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਬੁੱਧਰਾਮ ਜੀ ਨੇ ਕਿਹਾ ਕਿ ਭਗਵੰਤ ਮਾਨ ਹੋਰਾਂ ਵੱਲੋਂ ਜਿਹੜੇ ਜਿਹੜੀ ਵੀ ਕੈਬਨਿਟ ਦੇ ਵਿੱਚ ਉਹਨਾਂ ਨੂੰ ਜਿਹੜਾ ਵੀ ਅਹੁਦਾ ਦਿੱਤਾ ਜਾਏਗਾ ਉਹ ਹਸੀ ਖੁਸ਼ੀ ਜਿਹੜੇ ਨੇ ਸਵੀਕਾਰ ਕਰਨਗੇ ਕੈਮਰਾ ਪਰਸਨ ਕਮਲ ਦੇ ਨਾਲ ਕੋਮਲ ਸਿੰਘਲਾ ਸਕਾਈ ਨਿਊਜ਼ ਪੰਜਾਬ ਚੰਡੀਗੜ੍ਹ ਜ਼ਿੰਦਗੀ 'ਚ ਕੋਈ ਸਮੱਸਿਆ ਕਿੰਨੀ ਵੀ ਵੱਡੀ ਕਿਉਂ ਨਾ ਹੋਵੇ ਹੁਣ ਹਰ ਸਮੱਸਿਆ ਦਾ ਹੋਵੇਗਾ ਪੱਕਾ ਇਲਾਜ ਬਸ ਜ਼ਰੂਰਤ ਹੈ ਤੁਹਾਡੇ ਵਿਸ਼ਵਾਸ ਦੀ ਕੋਰਟ ਕੇਸ ਰੁੱਸੇ ਨੂੰ ਮਨਾਉਣਾ ਨੌਕਰੀ ਦੁਸ਼ਮਣ ਸੌਂਕਣ ਤੋਂ ਛੁਟਕਾਰਾ ਬਰਕਤ ਨਾ ਹੋਣਾ ਔਲਾਦ ਦਾ ਕਹਿਣੇ ਤੋਂ ਬਾਹਰ ਹੋਣਾ ਪਿਆਰ ਮੁਹੱਬਤ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ ਜਾਂ ਫਿਰ ਜਟਿਲ ਤੋਂ ਜਟਿਲ ਸਮੱਸਿਆ ਦਾ ਤੁਰੰਤ ਹੱਲ ਪਾਓ 101% ਗਾਰੰਟੀ ਦੇ ਨਾਲ ਖਬਰ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਫੇਸਬੁੱਕ ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ